ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਹਰਮਨਦੀਪ ਸਿੰਘ ਅੱਜ ਆਪਾਂ ਇੱਕ ਪ੍ਰੈਕਸੋਸਲਫੋਨਿਕ ਸਾਲਟ ਹੀ ਜਿਹੜਾ ਕਿ ਆਪਾਂ ਕਣਕ ਦੇ ਵਿੱਚ ਗੁਲੀ ਡੰਡੇ ਦੇ ਕੰਟਰੋਲ ਲਈ ਉਹਦੀ ਸਪਰੇਅ ਕੀਤੀ ਸੀ ਕਣਕ ਬਜਾਈ ਤੋਂ ਬਾਅਦ ਜਦੋਂ ਆਪਾਂ ਕਣਕ ਦੀ ਬਜਾਈ ਕੀਤੀ ਉਸ ਤੋਂ ਬਾਅਦ ਚਵੀਆਂ ਘੰਟਿਆਂ ਦੇ ਵਿੱਚ ਵਿੱਚ ਸਪਰੇਅ ਕੀਤੀ ਸੀ ਮੈਂ ਮੋਮੀਜੀ ਦਵਾਈ ਆਉਂਦੀ ਆ ਜੀ ਪ੍ਰੈਕਸੋ ਸਲਫੋਨੀ ਸਾਲਟ ਨਾਲ ਤੇ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਆ ਜੀ ਮੈਂ ਆਪਣੇ ਖੁਦੇ ਟ੍ਰਾਇਲ ਆਇਆ 4 ਏਕੜ ਦੇ ਵਿੱਚ ਤੇ ਇਸ ਚੋਂ ਕਿੱਲਿਆਂ ਦੇ ਵਿੱਚ ਇੰਨਾ ਜ਼ਿਆਦਾ ਗੁੱਲੀ ਡੰਡਾ ਹੁੰਦਾ ਸੀ ਬਹੁਤ ਜ਼ਿਆਦਾ ਪ੍ਰੋਬਲਮ ਸੀ ਮਤਲਬ ਕਿ ਕਣਕ ਦਿਸਦੀ ਨਹੀਂ ਸੀ ਤੇ ਤੁਹਾਡੇ ਸਾਹਮਣੇ ਰਿਜ਼ਲਟ ਆ ਜੀ ਬਹੁਤ ਸੋਹਣਾ ਰਿਜ਼ਲਟ ਮਿਲਿਆ ਤੇ ਮੇਜਰ ਇਹਦਾ ਮੈਂ ਫੇਰ ਦੁਬਾਰਾ ਦੱਸ ਦਿੰਦਾ ਜਦੋਂ ਆਪਾਂ ਕਣਕ ਦੀ ਬਜਾਈ ਕਰਦੇ ਆਂ ਪਹਿਲੀ ਗੱਲ ਤੇ ਮਿੱਟੀ ਬਰੀਕ ਹੋਵੇ ਚੰਗੀ ਤਰ੍ਹਾਂ ਵਾਹੋ ਜ਼ਮੀਨ ਨੂੰ ਠੀਕ ਆ ਜੀ ਵਿੱਚ ਪਰਾਲੀ ਨਹੀਂ ਹੋਣੀ ਚਾਹੀਦੀ ਫਿਰ ਬਜਾਈ ਤੋਂ ਬਾਅਦ ਆਪਾਂ ਸਪਰੇਅ ਕਰ ਸਕਦੇ ਆਂ ਕਟ ਨੋਜ਼ਲ ਨਾਲ ਘੱਟੋ ਘੱਟ 200 ਤੋਂ 250 ਲੀਟਰ ਪਾਣੀ ਲਾਉਣਾ ਆਪਾਂ ਇੱਕ ਕਿੱਲੇ ਦੇ ਵਿੱਚ ਤੇ ਜਦੋਂ ਬਜਾਈ ਕਰਨੀ ਆ ਠੀਕ ਉਸ ਤੋਂ 17 ਤੋਂ 18 ਦਿਨਾਂ ਦੇ ਵਿੱਚ ਪਾਣੀ ਲਾ ਦੇਣਾ ਆਪਾਂ ਕਣਕ ਨੂੰ ਜਿਸ ਨਾਲ ਕਿ ਬਹੁਤ ਸੋਨਾ ਰਿਜ਼ਲਟ ਆਉਂਦਾ ਵਾ ਤੁਹਾਡੇ ਸਾਹਮਣੇ ਆ ਥੋੜੀ ਜੀ ਮਾਤਰਾ ਵਿੱਚ ਹੈਗਾ ਵਾ ਗੁੱਲੀ ਡੰਡਾ ਕਿਉਂਕਿ ਇਹਦੇ ਵਿੱਚ ਗੁੱਲੀ ਡੰਡੇ ਦੀ ਡੈਨਸਿਟੀ ਬਹੁਤ ਹੀ ਕਿਉਂਕਿ ਕਣਕ ਹੀ ਨਹੀਂ ਦਿਖਦੀ ਸੀ ਮੈਨੂੰ 80 ਤੋਂ 90% ਰਿਜ਼ਲਟ ਮਿਲਿਆ ਜੀ ਮੈਂ ਚਾਹੁੰਦਾ ਕਿ ਜਿਸ ਜਿਹੜਾ ਕਿਸਾਨ ਗੁੱਲੀ ਡੰਡੇ ਤੋਂ ਬਹੁਤ ਤੰਗ ਆ ਉਹ ਜ਼ਰੂਰ ਅਗਲੀ ਵਾਰ ਇਹ ਪ੍ਰੈਕਸਾ ਸਲਫੋਨੀ ਸਾਲਟ ਆ ਜਿਹੜਾ ਜੂਸ ਕਰਕੇ ਵੇਖੇ ਤੇ ਇਧਰਲੇ ਵੀ 4 ਕਿੱਲੇ ਮੇਰੇ ਆ ਜੀ ਤੁਹਾਨੂੰ ਦਿਖਾਉਣਾ ਚਾਹੁੰਦਾ ਜੀ ਕੀ ਹਾਲਤਾ ਜੀ ਅਗਲੀ ਵਾਰ ਮੈਂ ਤਾਂ ਸਾਰੀ ਮੈਨੂੰ ਤਾਂ ਕਰਨੀ ਪਣੀ ਕਿਉਂਕਿ ਮੇਰੀ ਜਿਹੜੀ ਜ਼ਮੀਨ ਦੇ ਵਿੱਚ ਆ ਜੀ ਬਹੁਤ ਗੋਲੀ ਡੰਡੇ ਦੀ ਜ਼ਿਆਦਾ ਡੈਨਸਿਟੀ ਹੈ ਜੀ ਇਸ ਕਰਕੇ ਜਿਹੜੇ ਵੀ ਕਿਸਾਨ ਵੀਰ ਤੰਗ ਨੇ ਉਹ ਇੱਕ ਵਾਰ ਜ਼ਰੂਰ ਇਹ ਸਪਰੇਅ ਕਰਕੇ ਵੇਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ